ਪਰਮ ਸਤਕਾਰਯੋਗ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੀਏ ਤੇ ਆਖੀਏ ਤਾਨ ਸ੍ਰੀ ਸਤਗੁਰੂ ਜਗਜੀ ਸਿੰਘ ਜੀ ਤਾਨ ਸ੍ਰੀ ਸਤਗੁਰੂ ਉਦੇ ਸਿੰਘ ਜੀ ਸਾਧ ਸੰਗਤ ਜੀ ਸਾਖੀ ਦਾ ਸਿਰਲੇਖ ਹੈ ਇਸ ਚਾਨਣ ਦੀ ਕਦਰ ਕਰੋ ਸਾਖੀ ਗੁਰ ਸਾਖੀ ਭਾਗ ਇੱਕ ਤੋਂ ਹੈ ਸਾਖੀ ਕਾਰ ਹਨ ਸੰਧਰਪਾਲ ਸਿੰਘ ਜੀ ਸੇਵਕ ਤੇ ਸੰ ਅਜੀਤ ਸਿੰਘ ਜੀ ਲਾਇ ਨਾਮਧਾਰੀਓ ਤੁਸੀਂ ਚਾਨਣ ਵਿੱਚ ਜੰਮੇ ਹੋ ਚਾਨਣ ਵਿੱਚ ਹੀ ਪਲੇ ਹੋ ਇਸ ਚਾਨਣ ਦੀ ਕਦਰ ਕਰੋ ਮੈਂ ਉਮਰ ਪਾਰ ਹਣੀਰੀ ਵਿੱਚ ਪਟਕਦਾ ਰਿਆ ਹਾਂ ਹੁਣ ਜ਼ਿੰਦਗੀ ਦੇ ਆਖਰੀ ਪੜਾਤੇ ਸਤਿਗੁਰੂ ਮਿਲਿਆ ਹੈ ਜੋ ਦਿਨ ਬੀਤੇ ਰਾਂਝਣ ਵਾਜੋ ਸਾਨੂੰ ਉਹਨਾਂ ਦਾ ਪਛਤਾਵਾ ਮੈਨੂੰ ਬੀਤੀ ਜ਼ਿੰਦਗੀ ਦਾ ਬੜਾ ਪਛਤਾਵਾ ਹੈ ਪਛਤਾਵਾ ਹੈ ਕਿ ਮੈਂ ਜਦੋਂ ਸਾਗੂ ਪ੍ਰਤਾਪ ਸਿੰਘ ਜੀ ਦੇ ਦਰਸ਼ਨ ਕੀਤੇ ਸਨ ਉਦੋਂ ਕਿਉਂ ਨਾ ਚਰਨੀ ਲਾਗ ਨਾਮਧਾਰੀ ਸਿੰਘ ਸਾਜ ਗਿਆ ਪਰ ਉਦੋਂ ਤਾਂ ਮੈਂ ਦੇ ਧਾਰੀ ਗੁਰੂ ਦਾ ਕੱਟੜ ਵਿਰੋਧੀ ਸਾਂ ਸ਼ੁਕਰ ਹੈ ਅਖੀਰ ਸਾਧਗੁਰਾਂ ਨੇ ਆਪਣੀ ਚਰਨੀ ਲਾ ਲਿਆ ਤਨਹੋ ਤੁਸੀਂ ਜਿਨ੍ਹਾਂ ਨੂੰ ਜਨਮ ਤੋਂ ਹੀ ਸਾਧਗੁਰ ਜਗਜੀਤ ਸਿੰਘ ਮਿਲਿਆ ਹੈ ਸਾਧਗੁਰ ਦੀ ਕਦਰ ਕਰੋ ਗਿਆਨੀ ਕਨੂਪੂਰੀਆ ਦੀਵਾਨ ਸਵੇਂ ਵਕਿਆਨ ਕਰਦੇ ਆ ਬੜੀ ਸ਼ਰਧਾ ਅਤੇ ਪ੍ਰੇਮ ਪਰੂਚੇ ਸ਼ਬਦਾ ਨਾਲ ਸਾਧਗੁਰ ਮਹਿਮਾ ਦਾ ਗੁਣ ਗਾਇਨ ਕਰ ਰਹੇ ਸਨ ਇਹਨਾਂ ਦਾ ਨਾਮ ਗਿਆਨ ਸਿੰਘ ਸੀ ਪੰਜਾਬੀ ਦੀ ਗਿਆਨੀ ਕੀਤੀ ਹੋਈ ਸੀ ਇਸ ਲਈ ਇਹਨਾਂ ਦਾ ਤਖੱਲਸ ਗਿਆਨੀ ਪ੍ਰਚਲਿਤ ਹੋ ਗਿਆ ਆਪ ਦਾ ਨਗਰ ਕਨੂਪੁਰ ਕਾਲਾ ਜ਼ਿਲ੍ਹਾ ਅੰਮ੍ਰਿਤਸਰ ਛਾਟੇ ਦੇ ਨੇੜੇ ਸੀ ਇੱਕ ਵੀਰ ਸ਼ੀਰੀ ਭੈਣੀ ਸਾਹਿਬ ਹਰੀ ਮੰਦਰ ਵਿੱਚ ਗਿਆਨੀ ਜੀ ਨੇ ਨਾਮ ਧਾਰੀ ਸਿੱਖ ਸੱਜਣ ਦੀ ਬਚਿਤਰ ਕਥਾ ਸੁਣਾਈ ਮੈਂ ਸਿੰਘ ਸਭੀਆ ਪ੍ਰਚਾਰਕ ਸਾਂ ਡੇ ਧਾਰੀ ਗੁਰੂ ਦਾ ਕਟੜ ਵਿਰੋਧੀ ਮੈਂ ਕੀਰਤਨ ਕਰਦਾ ਵੀ ਸਾਂ ਅਤੇ ਕੀਰਤਨ ਸੁਣਨ ਦਾ ਵੀ ਬੜਾ ਸ਼ੌਕ ਸੀ ਸਾਡੇ ਪਿੰਡ ਕਨੂਪੁਰ ਕਾਲਾ ਨੇੜੇ ਛਿਆਟੇ ਕਾਫੀ ਨਾਮਤਾਰੀ ਘਰ ਸਨ ਉਹਨਾਂ ਵਿੱਚ ਇੱਕ ਗੁਰਮੁਖ ਸੱਜਣ ਸਨ ਪ੍ਰਤਾਪ ਸਿੰਘ ਐਸ ਸੱਜਣ ਵੀ ਨਾਮ ਬਾਣੀ ਦੇ ਨਿਤਨੀਮੀ ਅਤੇ ਕੀਰਤਨ ਦੇ ਰਸੀਏ ਕੀਰਤਨ ਦੇ ਰਸਿਏ ਨਾਮ ਧਾਰੀ ਪ੍ਰਚਾਰਕ ਸਨ ਸਾਈਕਲ ਤੇ ਕਪੜਾ ਵੇਚਣਾ ਫੇਰੀ ਲਾਉਣੀ ਦਰਮਿਆਨਾ ਕਾਰੋਬਾਰ ਸੀ ਪਰ ਨਾਮ ਧਾਰੀ ਇਹਨਾਂ ਨੂੰ ਸੇਠ ਪ੍ਰਤਾਪ ਸਿੰਘ ਦੇ ਨਾਮ ਨਾਲ ਸੰਬੋਧਨ ਕਰਿਆ ਕਰਦੇ ਸਨ ਸੇਠ ਤਖੱਲਸ ਇਹਨਾਂ ਨੂੰ ਸਾਗੋ ਪ੍ਰਤਾਪ ਸਿੰਘ ਜੀ ਨੇ ਦਿੱਤਾ ਹੋਇਆ ਸੀ ਉਹ ਬਚਨ ਕਰਦੇ ਸਨ ਕਿ ਪ੍ਰਤਾਪ ਸਿੰਘ ਨੇ ਨਾਮ ਧਨ ਬਹੁਤ ਕਮਾਇਆ ਹੈ ਇਸ ਲਈ ਇਹ ਸੇਠ ਹੈ ਕੀਰਤਨ ਦੇ ਪ੍ਰੇਮੀ ਹੋਣ ਕਰਕੇ ਮੇਰਾ ਸੇਠ ਪ੍ਰਤਾਪ ਸਿੰਘ ਨਾਲ ਬੜਾ ਪ੍ਰੇਮ ਸੀ ਇਸ ਕਰਕੇ ਮੈਨੂੰ ਨਾਮਧਾਰੀਆਂ ਨੂੰ ਨੇੜਿਓਂ ਹੋ ਕੇ ਵੇਖਣ ਦਾ ਮੌਕਾ ਮਿਲਦਾ ਨਾਮਧਾਰੀਆਂ ਦਾ ਗੁਰਮੁਖੀ ਬਾਣਾ ਇਹਨਾਂ ਦੀ ਰਹਿਤ ਮਰਿਆਦਾ ਅਰਤੀ ਕੀਰਤਨ ਪ੍ਰੇਮ ਤਾਂ ਮੈਨੂੰ ਚੰਗਾ ਲੱਗਦਾ ਪਰ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਦੇ ਧਾਰੂ ਦੇ ਧਾਰੀ ਗੁਰੂ ਮੰਨਦੇ ਹਨ ਇਹ ਗਾਲ ਮੈਨੂੰ ਬਹੁਤ ਬੁਰੀ ਲੱਗਦੀ ਮੈਂ ਸੋਚਦਾ ਕਿ ਕਿਤੇ ਮੌਕਾ ਮਿਲੇ ਕੁਕਿਆਂ ਦੇ ਗੁਰੂ ਨੂੰ ਪੁੱਛਿਆ ਕਿ ਉਹ ਕਿਵੇਂ ਗੁਰੂ ਬਣੇ ਬੈਠੇ ਹਨ ਮੈਂ ਪ੍ਰਚਾਰਕ ਸਾਂ ਬਹਿਸ ਕਰਨ ਨੂੰ ਤਗੜਾ ਸਾਂ ਆਪਣੇ ਆਪ ਨੂੰ ਗਿਆਨੀ ਸਮਝਦਾ ਸਾਂ ਇਸ ਲਈ ਸੋਚਦਾ ਸਾਂ ਕਿ ਗਿਆਨ ਚਰਚਾ ਵਿੱਚ ਮੈਂ ਕੁਕਿਆਂ ਦੇ ਗੁਰੂ ਨੂੰ ਨਿਰੁੱत्तर ਕਰ ਸਕਦਾ ਹਾਂ ਦੇਸ਼ ਦੀ ਵੰਡ ਤੋਂ ਅਗਲੇ ਸਾਲ ਫਰਵਰੀ 1948 ਛਾਤੇ ਨਾਮ ਦਾ ਇਹ ਸੰਗਤ ਵੱਲੋਂ ਮੇਲਾ ਸੀ ਸ਼ਾਇਦ ਬਸੰਤ ਦਾ ਮੇਲਾ ਸੇਠ ਪ੍ਰਤਾਪ ਸਿੰਘ ਜੀ ਨੇ ਮੈਨੂੰ ਵੀ ਮੇਲੇ ਦੇ ਆਨਲਾਈਨ ਨਿਮੰਤਰਣ ਦਿੱਤਾ ਪਤਾ ਲਗਾ ਕਿ ਨਾਮਧਾਰੀਆਂ ਦੇ ਗੁਰੂ ਵੀ ਆ ਰਹੇ ਹਨ ਸੋਚਿਆ ਵੇਖਾਂਗਾ ਜੇ ਸਮਾਂ ਬਣਿਆ ਤਾਂ ਗੁਰੂ ਨਾਲ ਗੱਲਬਾਤ ਕਰਾਂਗਾ ਮੇੜੇ ਤੇੜੇ ਦੀਆਂ ਨਾਮਧਾਰੀ ਸੰਗਤਾਂ ਦਾ ਭਰਪੂਰ ਇਕੱਠ ਹੋ ਗਿਆ ਸੰਗਤਾਂ ਆਪਣੇ ਸਾਧਗੁਰਾਂ ਦੇ ਸਵਾਗਤ ਲਈ ਇੰਤਜ਼ਾਰ ਵਿੱਚ ਖੜੀਆਂ ਸਨ ਦੂਰੋਂ ਕੱਚੇ ਰਾਹੇ ਜੀਪ ਆਉਂਦੀ ਦੇਸੀ ਸੇਠ ਪ੍ਰਤਾਪ ਸਿੰਘ ਤਾਂ ਜਿਵੇਂ ਖੁਸ਼ੀ ਵਿੱਚ ਮਸਤਾਨਾ ਹੀ ਹੋ ਗਿਆ ਭੱਜ ਕੇ ਅੱਗੋਂ ਜਾ ਮਿਲਿਆ ਦੁੱਧ ਚਿੱਟੇ ਬਸਤਰ ਗਾਲੀ ਵਿੱਚ ਮਾਲਾ ਅਤੇ ਹੱਥ ਵਿੱਚ ਖੁੰਡਾ ਫੜੀ ਹੰਸੂ ਹੰਸੂ ਕਰਦਾ ਖਿੜਿਆ ਚੇਰਾ ਸਾਗੂ ਪਰ ਦਾਸ ਸਿੰਘ ਜੀ ਜੀਪ ਵਿੱਚੋਂ ਬਾਹਰ ਨਿਕਲੇ ਕੱچے ਰਾਤੇ ਇੱਕ ੱਟੇ ਵਿੱਚ ਹੀ ਸੇਠ ਪਰਦਾਸ ਸਿੰਘ ਨੇ ਲੰਮਿਆ ਪੈ ਗੁਰੂ ਚਰਨਾ ਤੇ ਡੰਡੌਤ ਕੀਤੀ ਸੰਤਾ ਦੇ ਕਪੜੇ ਅਤੇ ਦਾਣਾ ੱਟੇ ਨਾਲ ਭਰ ਗਿਆ ਉਸ ਤਰ੍ਹਾਂ ਹੀ ਲੀਬੜੇ ਆਤੀਬੜੇ ਆ ਸੰਤਾਨਾਂ ਨੇ ਸਾਧਗੁਰਾਂ ਨੂੰ ਗਲਵਕੜੀ ਪਾਲੀ ਸੱਚੇ ਬਾਦਸ਼ਾਹ ਜੀ ਨੇ ਵੀ ਉਸੇ ਤਰ੍ਹਾਂ ਕਲਾਵੇ ਵਿੱਚ ਲੈ ਪਿਆਰ ਬਖਸ਼ਿਆ ਜਿਵੇਂ چیرਦੇ ਜਿਵੇਂ ਚੀਰ ਦੇ ਵਿਛੜੇ ਪ੍ਰੇਮੀ ਮਿਲੇ ਹੋਣ ਮੈਂ ਸੋਚ ਰਿਆ ਸਾਂ ਕਿ ਗੁਰੂ ਸਿੱਖ ਦਾ ਪ੍ਰੇਮ ਹੋਵੇ ਤੇ ਇਹੋ ਜਿਹਾ ਹੋਵੇ ਮੈਂ ਮਨ ਹੀ ਮਨ ਚਿਤਵਿਆ ਕਿ ਦਸਮ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਹੋਣ ਤੇ ਮੈਨੂੰ ਐਸੇ ਤਰ੍ਹਾਂ ਆਪਣੀ ਗਲਵਕੜੀ ਲੈ ਲੈਣ ਮੈਨੂੰ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਹੋਣ ਤੇ ਮੈਨੂੰ ਇਸੇ ਤਰ੍ਹਾਂ ਆਪਣੀ ਗਲਵਕੜੀ ਲਾ ਲੈਣ ਕਿਡਾ ਆਨੰਦ ਆਵੇ ਗੁਰੂ ਸਿੱਖ ਦੀ ਇਸ ਪ੍ਰੀਮ ਮਿਲਣੀ ਨੂੰ ਵੇਖ ਨਾਮਧਾਰੀ ਸਿੱਖ ਤੇ ਭਾਵੁਕ ਹੋਏ ਮੇਰੀਆਂ ਅੱਖਾਂ ਵੀ ਨਮ ਹੋ ਗਈਆਂ ਦੋ ਦਿਨਾਂ ਦਾ ਮੇਲਾ ਹੋਇਆ ਰਾਤ ਨੂੰ ਹੱਲੇ ਦੇ ਦੀਵਾਨ ਅਗਲੇ ਦਿਨ ਅੰਮ੍ਰਿਤ ਵੇਲੇ ਚੰਦ ਤਾਰਿਆਂ ਨਾਲ ਜਿਹੜੇ ਗगन ਦੇ ਖੁੱਲੇ ਸ਼ਮਿਆਨੇ ਹਿੱਟ ਅਸ ਅਨਿਵਾਰ ਦਾ ਕੀਰਤਨ ਹੋਇਆ ਤੋਲਕ ਛਣਿਆ ਨਾਲ ਹੱਲੇ ਦੇ ਦੀਵਾਨ ਵਰਗਾ ਕੀਰਤਨ ਉਸ ਦਿਨ ਮੈਨੂੰ ਪਤਾ ਲੱਗਾ ਕਿ ਨਾਮਧਾਰੀ ਇਸ ਢੰਗ ਦੇ ਅਸ ਅੰਿਵਾਰ ਦੇ ਕੀਰਤਨ ਨੂੰ ਵਾਰਾ ਆਖਦੇ ਹਨ ਸੰਤ ਪ੍ਰੀਤਮ ਸਿੰਘ ਪੱਦੀ ਵਾਲਿਆਂ ਦੇ ਜਥੇ ਨੇ ਕੀਰਤਨ ਕੀਤਾ ਸਾਹ ਕੋ ਪਰਦਾਪ ਸਿੰਘ ਜੀ ਵੀ ਤਾਉਸ਼ ਨਾਲ ਗਾਉਂਦੇ ਸਨ ਉਸ ਦਿਨ ਮੈਂ ਮਹਿਸੂਸ ਕੀਤਾ ਕਿ ਨਾਮਧਾਰੀਆਂ ਨੂੰ ਕੁੱਕੇ ਕਿਉਂ ਕਹਿੰਦੇ ਹਨ ਮੈਂ ਜਿਸਨ ਪ੍ਰੀਤਮ ਸਿੰਘ ਦੇ ਕੀਰਤਨ ਦਾ ਹੀ ਕਾਇਲ ਸਾਂ ਪਰ ਅੱਜ ਦਾ ਕੀਰਤਨ ਤਾਂ ਸਾਦ ਸੰਗਤ ਬੇਕੁੰਠ ਹੈ ਹੀ ਕਿਹਾ ਜਾ ਸਕਦਾ ਸੀ ਬੜਾ ਰਸ ਬਣਿਆ ਸਭਨ ਸ਼ਬਦਾਂ ਵਿੱਚ ਉਸ ਆਨੰਦ ਦੀ ਵਿਆਖਿਆ ਨਹੀਂ ਹੋ ਸਕਦੀ ਕਹਿ ਬੇ ਕੋ ਸੋ ਬਾ ਨਹੀਂ ਦੇਖਾ ਹੀ ਪ੍ਰਵਾਨ ਕਿਹਾ ਜਾ ਸਕਦਾ ਹੈ ਦੋ ਦਿਨ ਦੇ ਮੇਲੇ ਦਾ ਆਨੰਦ ਮਾਣਿਆ ਆਨੰਦ ਮਾਨਿਆ ਨਾਮਧਾਰੀਆਂ ਬਾਰੇ ਮੇਰੀ ਤਲਖੀ ਕੁਝ ਘਟ ਗਈ ਸੀ ਅਸ ਅ ਦਿਵਾਰ ਤੋਂ ਬਾਅਦ ਦਿਨੇ 10:00 11 ਵਜੇ ਦਾ ਸਮਾਹ ਹੋਵੇਗਾ ਸਾਗੂ ਪ੍ਰਤਾਪ ਸਿੰਘ ਜੀ ਸੇਟ ਪਰ ਦਾਸ ਸਿੰਘ ਦੇ ਵੇੜੇ ਵਿੱਚ ਇਕੱਲੇ ਹੀ ਸਨ ਕੇਸਰੇ ਘਰ ਦੇ ਧੂਪੇ ਡੈਲ ਰਹਸਨ ਮੈਂ ਸੋਚਿਆ ਬੜਾ ਵਧੀਆ ਮੌਕਾ ਹੈ ਬਾਬਿਆਂ ਨਾਲ ਗਿਆਨ ਚਰਚਾ ਹੀ ਕਰ ਲਵਾਂ ਤੁਸੀਂ ਕਿਵੇਂ ਗੁਰੂ ਬਣੇ ਫਿਰਦੇ ਹੋ ਆਖਣਾ ਮੈਨੂੰ ਸ਼ਿਸ਼ਟਾਚਾਰ ਦੀ ਉਲੰਘਣਾ ਅਤੇ ਮੂਰਖਪੁਣਾ ਜਾਪਦਾ ਸੀ ਇਸ ਲਈ ਮੈਂ ਪਹਿਲਾਂ ਫਿਰ ਤੇ ਬੁਲਾਈ ਦੇਦਾਰੀ ਗੁਰੂ ਦੇ ਵਿਰੋਧੀ ਵਿਚਾਰਾ ਕਰਕੇ ਮੇ ਚਰਨ ਅਛੂਏ ਪਰ ਆ ਲਿਖਿਆ ਵਾਂਗ ਬਾ ਦਲੀਲ ਗਿਆਨ ਚਰਚਾ ਸ਼ੁਰੂ ਕਰਤੀ ਮੈਂ ਸਵਾਲ ਕੀਤਾ ਮਹਾਰਾਜ ਨਾਮ ਦਾ ਰਿਸਿਕ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਗੱਦੀ ਦਾ ਵਾਰਿਸ ਮੰਨੇ ਹਨ ਜਦੋਂ ਜ਼ੁਲਮ ਹੋਇਆ ਤਾਂ ਇਸ ਗੱਦੀ ਦੇ ਵਾਰਿਸ ਛੇਵੇਂ ਪਾਸ਼ਾ ਅਤੇ ਦਸਵੇਂ ਪਾਸ਼ਾ ਦੀ ਤਲਵਾਰ ਫੜੀ ਜ਼ਾਲਮਾਂ ਨੂੰ ਦੰਡ ਦਿੱਤਾ ਹੁਣ ਦੇਸ਼ ਦੀ ਵੰਡ ਵੇਲੇ ਇਹ ਨਾ ਜ਼ੁਲਮ ਹੋਇਆ ਹੈ નિર્ਦੋਸ਼ ਲੋਕ ਮਾਰੇ ਗਏ ਹਨ ਧੀਆਂ ਭੈਣਾ ਵੀ ਪੱਤ ਲੁੱਟੀ ਗਈ ਤੁਸੀਂ ਕਿਉਂ ਨਹੀਂ ਤਲਵਾਰ ਫੜੀ ਕਾਕਾ ਛੇਵੇਂ ਬਾਦਸ਼ਾਹ ਅਤੇ ਦਸਵੇਂ ਬਾਦਸ਼ਾਹ ਨਾਮ ਜਪ ਕੇ ਨਾਮ ਦਾ ਰੂਪ ਹੋ ਚੁੱਕੇ ਸਨ ਪਰਿਪੂਰਨ ਹੋ ਗਏ ਸਨ ਉਹਨਾਂ ਨੇ ਦੋਸ਼ੀਆਂ ਨੂੰ ਜ਼ਾਲਮਾਂ ਨੂੰ ਦੰਡ ਦਿੱਤਾ ਜਿਨ੍ਹਾਂ ਨੂੰ ਉਹਨਾਂ ਨੇ ਆਪਣੀ ਤਲਵਾਰ ਨਾਲ ਸਜਾਵੀ ਦਿੱਤੀ ਉਹ ਵੀ ਪਾਪ ਮੁਕਤ ਹੋ ਗਏ ਬਖਸ਼ੇ ਗਏ ਪਰਿਪੂਰਨ ਹੋਣ ਤੋਂ ਪਹਿਲਾਂ ਜੇ ਕੋਈ ਤਲਵਾਰ ਫੜਦਾ ਹੈ ਤਾਂ ਉਸ ਤੋਂ નિર્ਦੋਸ਼ ਮਾਰੇ ਜਾਂਦੇ ਹਨ નિર્ਦੋਸ਼ ਦੀ ਹਤਿਆ ਵੱਡਾ ਪਾਪ ਹੈ ਫਿਰ ਸਾਗੂਪਾ ਪਟਨਾਬ ਸਿੰਘ ਜੀ ਨੇ ਬੜੀ ਨਿਮਰਤਾ ਨਾਲ ਬੜੀ ਨਿਰਮਾਨਤਾ ਨਾਲ ਗਿਆ ਉਹ ਗੁਰੂ ਸਾਹਿਬ ਦਾ ਪਰਿਪੂਰਨ ਹੋ ਚੁਕੇ ਸਨ ਮੈਂ ਉਹਨਾਂ ਵਾਂਗੂ ਪੂਰਨ ਨਹੀਂ ਹੋਇਆ ਮੇਰੀ ਕੱਢ ਤੇ ਆਪਣਾ ਹਸਤ ਕਮਲ ਰੱਖ ਕੇ ਸਤਗੁਰਾਂ ਬਚਨ ਕੀਤਾ ਕਾਕਾ ਸਮਾ ਆਏਗਾ ਤੈਨੂੰ ਫੇਰ ਦੱਸਾਂਗੇ ਜੋ ਤਲਵਾਰ ਫੜਨ ਦਾ ਸਮਾਂ ਹੋਏਗਾ ਤਲਵਾਰ ਵੀ ਫੜ ਲਵਾਂਗੇ ਸੱਚੇ ਬਾਦਸ਼ਾਹ ਜੀ ਐਵੇਂ ਬਚਨ ਕੀਤਾ ਤੂੰ ਦੱਸ ਸਕਦਾ ਹੈ ਇਸ ਰੋਲੇ ਵਿੱਚ ਜਿਸ ਕਿਸੇ ਨੇ ਤਲਵਾਰ ਫੜੀ ਹੋਵੇ ਮੈਂ ਇੱਕ ਵਿਅਕਤੀ ਦਾ ਨਾਮ ਲਿਆ ਕਿ ਉਸਨੇ ਆਪਣੇ ਇਲਾਕੇ ਵਿੱਚ ਕਈਆਂ ਮਜ਼ਲੂਮਾਂ ਨੂੰ ਬਚਾਇਆ ਹੈ ਤੇ ਦੋਸ਼ੀਆਂ ਨੂੰ ਸੋਧਿਆ ਹੈ ਉਹ ਕੀ ਕੰਮ ਕਰਦਾ ਹੈ ਮਹਾਰਾਜ ਵੈਸੇ ਤਾਂ ਉਹ ڈاکੂ ਹੈ ਫਿਰ ਤੂੰ ਹੀ ਵੇਖ ਨਾਮ ਜਪਣ ਤੋਂ ਵੀ ਨਾ ਤਲਵਾਰ ਫੜਨ ਵਾਲੇ ਨੂੰ ਲੋਕ ڈاکੂ ਆਖਦੇ ਹਨ ਮੈਨੂੰ ਸਾਧਗੁਰਾਂ ਦੇ ਬਚਨ ਗੁਰਮਤ ਫਲਸਫੇ ਦੇ ਅਨੁਕੂਲ ਜਾਪੇ ਮੈਂ ਨਿਰ ਉੱਤਰ ਹੋ ਗਿਆ ਇਹ ਮੇਰੀ ਸਾਗੂ ਬਰਦਾਰ ਸਿੰਘ ਜੀ ਨਾਲ ਪਹਿਲੀ ਤੇ ਆਖਰੀ ਮੁਲਾਕਾਤ ਸੀ ਸਮਾ ਬਦਲਦੇ ਬਦਲਿਆ ਦਹਾਕੇ ਬੀਤ ਗਏ ਸਾਗੂ ਬਰਦਾਰ ਸਿੰਘ ਜੀ ਜੋਤੀ ਜੋਤ ਸਮਾ ਗਏ ਸਾਗੂ ਜਗਜੀਤ ਸਿੰਘ ਜੀ ਨੇ ਨਾਮ ਧਾਰੀ ਪੰਥ ਦੀ ਬਾਗਡੋਰ ਸੰਭਾਲੀ ਵਰਕੇ ਦੇ ਦਰਸ਼ਨ ਦਾ ਸੁਆਬ ਨਵਣਾ ਗੁਰਬਾਣੀ ਕੀਰਤਨ ਦੇ ਪ੍ਰੇਮੀ ਹੋਣ ਕਰਕੇ ਸੇਠ ਪ੍ਰਤਾਪ ਸਿੰਘ ਨਾਲ ਮੇਰੀ ਗੁਰਮੁਖਾਂ ਵਾਂਗ ਸਾਝ ਨਿਭਦੀ ਰਹੀ 11 ਜੁਲਾਈ 1979 ਈਸਵੀ ਮੈਨੂੰ ਸੇਠ ਪ੍ਰਤਾਪ ਸਿੰਘ ਆਕਣ ਲਗੇ ਗਿਆਨੀ ਤੈਨੂੰ ਇੱਕ ਜ਼ਿੰਮੇਵਾਰੀ ਸੌਂਪਣੀ ਹੈ ਨਿਭਾਏਂਗਾ ਹੁਕਮ ਕਰੋ ਸੰਜੀ ਜਰੂਰ ਕੋਸ਼ਿਸ਼ ਕਰਾਂਗਾ ਮੈਂ ਅੱਜ ਤੋਂ ਪੰਜਵੇਂ ਦਿਨ ਚੜ੍ਹਾਈ ਕਰਨਾ ਹੈ ਮੇਰੀਆਂ ਅੰਤਰ ਮੇਰੀਆਂ ਅੰਤਮ ਰਸਮਾਂ ਜੀਵੇਂ ਮੈਂ ਦੱਸਾਂਗਾ ਓਵੇਂ ਹੀ ਪੂਰੀਆ ਕਰਨੀਆਂ ਅੰਮ੍ਰਿਤਸਰੋਂ ਨਾਮਧਾਰੀ ਧਰਮਸ਼ਾਲਾ ਤੋਂ ਸੋਦੀ ਸਿੰਘ ਬੁਲਾਕੇ ਇਸ਼ਨਾਨ ਕਰਵਾਕੇ ਉਹ ਪੂਰੀ ਰਹਿਤ ਮਰਿਆਦਾ ਨਾਲ ਮੇਰਾ ਅੰਤਮ ਕਿਰਿਆ ਕਰਮ ਕਰਨਾ ਬਸਤਰ ਘੋ ਸਮਗਰੀ ਸਾਰਾ ਸਮਾਨ ਮੈਂ ਤੈਨੂੰ ਸੰਭਾਲ ਦੇਵਾਂਗਾ ਮੈਂ ਸੰਤਾ ਨਹੀਂ ਆ ਗੱਲਾਂ ਨੂੰ ਹੱਸਾ ਮਜ਼ਾਕ ਜਾਂ ਕਮਲੀ ਆਰਮਲੀਆ ਸਮਝ ਰਿਆ ਸਾਂ ਮੈਂ ਕਿ ਤੁਸੀਂ ਚੰਗੇ ਭਲੇ ਹੋ ਨਾਲੇ ਤੁਹਾਨੂੰ ਕਿਵੇਂ ਪਤਾ ਹੈ ਕਿ ਤੁਸੀਂ ਪੰਜਵੇਂ ਦਿਨ ਚੜ੍ਹਾਈ ਕਰਨਾ ਹੈ ਗਿਆਨੀ ਜੀ ਹੁਕਮ ਆ ਗਿਆ ਹੈ ਮੈਂ ਪਹਿਲਾਂ ਵੀ ਇੱਕ ਵਾਰ ਚੜ੍ਹਾਈ ਕਰ ਗਿਆ ਸਾਂ ਧਰਮਰਾਜ ਦੀ ਦਰਗਾਹ ਵਿੱਚ ਮੇਰੇ ਕਰਮਾ ਦਾ ਲੇਖਾ ਜੋਖਾ ਹੋਣ ਲੱਗਾ ਤੇ ਸਾਗੋ ਪੰਡਤ ਸਿੰਘ ਜੀ ਨੇ ਆ ਕੇ ਮੇਰੇ ਲੇਖੇ ਦੇ ਕਾਗਜ਼ ਫਾੜ ਕੇ ਹੁਕਮ ਕੀਤਾ ਤੂੰ ਅਜੇ ਵਾਪਸ ਜਾ ਜਦੋਂ ਲਿਆਣਾ ਹੋਇਆ ਮੈਂ ਤੈਨੂੰ ਆਪ ਲੈਣ ਆਵਾਂਗਾ ਹੁਣ ਮੈਨੂੰ ਹੁਕਮ ਆ ਗਿਆ ਹੈ ਸਾਗੂ ਪਟਤਾਰ ਸਿੰਘ ਜੀ ਮੈਨੂੰ ਆਪ ਲੈਣ ਆਉਣਗੇ ਉਹਨਾਂ ਦਾ ਮੇਰੇ ਨਾਲ ਵਚਨ ਹੋਇਆ ਹੈ ਸੰਜੀਏ ਕਿਵੇਂ ਹੋ ਸਕਦਾ ਹੈ ਉਹ ਤੇ ਚੜਾਈ ਕਰ ਗਏ ਹਨ ਹੁਣ ਕਿਵੇਂ ਤੁਹਾਨੂੰ ਲੈਣ ਆ ਸਕਦੇ ਹਨ ਮੈਂ ਜ਼ੋਰ ਨਾਲ ਤਰਕ ਦਿੱਤਾ ਸਾਗੁਰੂ ਚੜਾਈ ਨਹੀਂ ਕਰਦੇ ਦੇਹ ਦਾ ਓਲਾ ਕਰਦੇ ਹਨ ਤੂੰ ਵੇਖ ਲਵੀਂ ਸਾਗੂ ਪਟਤਾਰ ਸਿੰਘ ਜੀ ਆਪ ਆਉਣਗੇ ਸੰਤਾ ਨੇ ਬੜੀ ਦ੍ਰਿੜਤਾ ਨਾਲ ਲਾਖਿਆ ਸਾਰੀਆਂ ਗੱਲਾਂ ਮੈਨੂੰ ਮਸਤਾਨੀ ਬੀਰਤੀ ਦੀਆਂ ਜਾਪਰੀਆਂ ਸਨ ਬਸੰਤ ਜੀ ਨੇ ਗਮਿਰਤਾ ਨਾਲ ਗੱਲਬਾਤ ਕਰ ਰਹੇ ਸਨ ਮੈਂ ਸੋਚਿਆ ਇਹ ਚਾਰ ਕੁ ਦਿਨੀ ਹਨ ਵੇਖ ਲਵਾਂਗਾ ਕਿ ਸੱਚ ਤੇ ਕੀ ਝੂਠ ਹੈ ਪੰਜਵੇਂ ਦਿਨ ਤੋਂ ਬਾਅਦ ਪੁੱਛਾਂਗਾ ਕਿ ਕਿੱਥੇ ਹੈ ਤੁਹਾਡੇ ਸਾਧਗੁਰੂ ਦਾ ਹੁਕਮ ਸੰਤਾਨੀ ਆਖਰੀ ਤਾਕੀਦ ਕੀਤੀ ਕਿ ਮੇਰੇ ਸਰੀਰ ਦੀਆਂ ਅੰਤਮ ਕਿਰਿਆਵਾਂ ਕਰਕੇ ਤੂੰ ਆਪ ਭੈਣੀ ਸਾਬ ਜਾਈਂ ਮੇਰੇ ਵੱਲੋਂ ਸਾਡੇ ਸਾਰਿਆਂ ਨੂੰ ਅਰਜ ਕਰੀ ਕਿ ਤੁਹਾਡਾ ਸਿਕ ਚੜਾਈ ਕਰ ਗਿਆ ਹੈ ਭੋਗ ਤੇ ਜ਼ਰੂਰ ਦਰਸ਼ਨ ਦਿਓ ਜਿਹੀਆਂ ਗੱਲਾਂ ਬਾਤਾਂ ਸਮਝਾ ਕੇ ਅਗਲੇ ਦਿਨ ਅੰਤਮ ਕ੍ਰਿਆਵਾਂ ਨਾਲ ਸੰਬੰਧਿਤ ਸਮਾਨ ਬਸਤਰ ਕਿਓਸ ਮਗਰੀ ਵਗੈਰਾ ਸੰਤਾ ਨੇ ਮੈਨੂੰ ਆਪ ਸੰਭਾਲ ਦਿੱਤੇ ਸ਼ਾਇਦ ਮੇਰੇ ਤੇ ਕਿਰਪਾ ਕਰਨ ਲਈ ਹੀ ਸੰਤਾ ਨੇ ਇਹ ਜ਼ਿੰਮੇਵਾਰੀ ਆਪਣੇ ਪਰਿਵਾਰਕ ਮੈਂਬਰਾਂ ਦੀ ਜਗ੍ਹਾ ਮੈਨੂੰ ਦਿੱਤੀ ਸੀ ਇਸ ਬਹਾਨੇ ਹੀ ਮੇਰੇ ਭਾਗ ਜਾਗਣੇ ਸਤ 15 ਜੁਲਾਈ ਐਤਵਰ ਦਾ ਦਿਨ ਸੀ। ਅੰਮ੍ਰਿਤਵੇਲੇ ਸੇਟਪਾ 탑 ਸਿੰਘ ਜੀ ਨੇ ਅਸਰ ਦੀ ਵਾਰ ਦਾ ਕੀਰਤਨ ਆਰੰਭ ਕੀਤਾ। ਮੈਂ ਵੀ ਹਾਜ਼ਰ ਹੋ ਗਿਆ। ਅੱਜ ਉਹਨਾਂ ਦੇ ਕਹੀ ਅਨੁਸਾਰ ਪੰਜਵਾਂ ਦਿਨ ਸੀ। ਉਹਨਾਂ ਦੇ ਚਲਾਣੇ ਦਾ ਦਿਨ। ਇਸ ਲਈ ਮੈਂ ਅੱਜ ਸਾਰਾ ਦਿਨ ਉਹਨਾਂ ਦੇ ਨਾਲ ਰਹਿਣ ਦਾ ਮਨ ਬਣਾਇਆ ਹੋਇਆ ਸੀ। ਵੇਖਣਾ ਚਾਹੁੰਦਾ ਸਾਂ ਕਿ ਸੰਤਾ ਦੇ ਭੀਕਵਾਕ ਕਮਲੀਆਂ ਰਮਲੀਆਂ ਹੀ ਹਨ ਕਿ ਉਸ ਵਿੱਚ ਕੋਈ ਸੱਚਾਈ ਵੀ ਹੈ। ਅੱਜ ਸੰਤਾ ਨੇ ਅਸਵਿਵਾਰ ਦਾ ਕੀਰਤਨ ਵੀ ਪੰਚਮ ਸੂਰਾ ਤੇ ਕਿਸੇ ਇਲਾਹੀ ਰਾਂਗ ਵਿੱਚ ਕੀਤਾ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਤੇ ਨਾ ਹੀ ਕਮਜ਼ੋਰੀ ਅੱਜ ਕਿਸੇ ਰੱਬੀ ਰਾਂਗ ਵਿੱਚ ਸੰਤਾ ਦੇ ਚਿਹਰੇ ਤੇ ਕੋਈ ਨੂਰੀ ਲੋ ਸੀ ਅਨੋਖਾ ਹੀ ਕਿਹੜਾ ਸੀ ਵਾਰ ਦਾ ਕੀਰਤਨ ਸੰਪੂਰਨ ਹੋਇਆ ਸੰਤਾ ਨੇ ਅਰਦਾਸ ਰਮ ਕੀਤੀ ਰੋਜ਼ਾਨਾ ਦੀ ਅਰਦਾਸ ਤੋਂ ਅੱਜ ਕੁਝ ਵੱਖਰੀ ਬੇਨਤੀ ਕੀਤੀ ਸੱਚੀ ਬਾਸ਼ਾ ਗਰੀਬ ਨਿਵਾਜੀਓ ਆਪ ਜੀ ਦੇ ਹੁਕਮ ਵਿੱਚ ਜੀਵਨ ਯਾਤਰਾ ਸੰਪੂਰਨ ਹੋਈ ਹੈ ਕਿਰਪਾ ਕਰੋ ਸਾਜ ਖੰਡ ਵਿੱਚ ਆਪਣੇ ਚਰਨ ਕਮਲ ਚ ਨਿਵਾਸ ਬਖਸ਼ੋ ਦੇ ਕਰਕੇ ਦਿਓ دیدار ਅਰਦਾਸ ਸਮਾਪਤ ਕੀਤੀ ਦਿਓ ਦੇ ਕਰਕੇ ਦਿਓ دیدار ਨਾਨਕ ਨਾਮ ਛੜ ਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਜੋ ਬੋਲੀ ਸੋਨੇ ਹਾਲ ਸਤਸ੍ਰੀਆ ਕਾਲ ਦਾ ਆਕਾਸ਼ ਗੰਜਾਓ ਜੇ ਕਾਰਾ ਗਜਾਇਆ ਉਸ ਸਮੇਂ ਮੈਂ ਵੀ ਇੱਕ ਲੋਕਿਕ ਨਜ਼ਾਰਾ ਤੱਕਿਆ ਅੱਖ ਦੀ ਝਪਕੜ ਜਿਹਾ ਬਿਜਲੀ ਦੀ ਚਮਕਣ ਵਾਂਗ ਕੋੜੇ ਤੇ ਸਵਾਰ ਸਾਗੂ ਪ੍ਰਤਾਪ ਸਿੰਘ ਜੀ ਦੇ ਦਰਸ਼ਨ ਹੋਏ ਪੰਜ ਸਿੰਘ ਨਾਲ ਸੰਤਾਨੀ ਜ਼ਮੀਨ ਤੇ ਸੀਸ ਰੱਖ ਕੇ ਨਮਸਕਾਰ ਕੀਤੀ ਦੋ ਕੁ ਮਿੰਟ ਬਾਅਦ ਮੈਂ ਬਾਹੋਂ ਫੜ ਕੇ ਉੱਠਣਾ ਚਾਇਆ ਤਾਂ ਸਰੀਰ ਇੱਕ ਪਾਸੇ ਨੂੰ ਲੁੜਕ ਗਿਆ ਇਹ ਤਿੱਤਾ ਮਿੱਟੀ ਦਾ ਪੁੱਤਲਾ ਹੀ ਬਿਆਹ ਰਹਿ ਗਿਆ ਸੀ ਸੰਤਾ ਦੀ ਰੂਹ ਤਾਂ ਸਾਧਗੁਰਾਂ ਨਾਲ ਜਾ ਚੁੱਕੀ ਸੀ ਜਿੰਨਾ ਗੱਲਾਂ ਨੂੰ ਮੈਂ ਕੁੱਕਿਆਂ ਦੀਆਂ ਅਮਸਤਾਨੀਆਂ ਜਾਂ ਸੁਪਨੇਨੀਆਂ ਗੱਲਾਂ ਸਮਝ ਰਿਆ ਸਾਂ ਉਹ ਤਾਂ ਸਾਰੀਆਂ ਸੱਚ ਹੋ ਗਈਆਂ ਖੈਰ ਸੰਤਾ ਦਾ ਅੰਤਮ ਕਿਰਿਆ ਕਰਮ ਉਹਨਾਂ ਦੇ ਕਹਿ ਅਨੁਸਾਰ ਕੀਤਾ ਕਰਵਾਇਆ ਉਸੇ ਦਿਨ ਬਾਅਦ ਦੁਪਹਿਰ ਗੁਰੂ ਮਰਿਆਦਾ ਅਨੁਸਾਰ ਸੰਤਾ ਦਾ ਅੰਤਿਮ ਸੰਸਕਾਰ ਕੀਤਾ ਫਿਰ ਮੈਂ ਸੰਤਾਂ ਦੀ ਲੜਕੀਆਂ ਨਾਲ ਭੋਗ ਤੇ ਸਾਧਗੁਰਾਂ ਨੂੰ ਦਰਸ਼ਨ ਦੇਣ ਲਈ ਅਰਜ਼ ਕਰਨ ਬਾਰੇ ਗੱਲ ਕੀਤੀ ਉਹਨਾਂ ਪਤਾ ਕਰਕੇ ਦੱਸਿਆ ਕਿ ਸਾਧਗੁਰ ਜੀ ਤਾਂ ਵਿਦੇਸ਼ ਡੋਰੇ ਤੇ ਆਫਰੀਕਾ ਗਏ ਹੋਏ ਹਨ ਅਗਸਤ ਦੇ ਪਹਿਲੇ ਹਫਤੇ ਪੈਣੀ ਸਹਿ ਬਾਉਣਗੇ ਸਾਧ ਸੰਗੇ ਜੀ ਅੱਜ ਦੀ ਸਾਖੀ ਨੂੰ ਇੱਥੇ ਵੀ ਰਾਮ ਦਿੰਦੇ ਆ ਇਸ ਤੋਂ ਅਗਲੀ ਸਾਖੀ ਯਾਨੀ ਐ ਸਾਖੀ ਕੰਟੀਨਿਊ ਰਹੇਗੀ ਤੇ बाकी साखी असी काल करा सारे ही आख लीए धान श्री सतगुरु जगजीत सिंह जी उन्होंने चरणा वार डंडोत बंदना है धान श्री सतगुरु जगजीत सिंह जी